ਆਦਾਬ ਨਾਜ਼ਰੀਨ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਕਿਵੇਂ ਨੇ ਤੁਹਾਡੇ ਸਾਰਿਆਂ ਦੇ ਮિજાਜ ਤੁਸੀਂ ਇਸ ਵਕਤ ਦੇਖ ਰਹੇ ਹੋ saathwal tv.com ਤੇ saathwal tv ਜੋ ਕਿ ਇੰਟਰਨੈਟ ਦੇ ਰਾਸਤੇ ਪੂਰੀ ਦੁਨੀਆ ਭਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਹਰ ਮੰਡੇ ਦੀ ਸ਼ਾਮ ਅਸੀਂ ਇੱਕ ਨਵਾਂ ਟੌਪਿਕ ਲੈ ਕੇ ਹਾਜ਼ਰ ਹੋਇਆ ਕਰਦੇ ਹਾਂ ਔਰ ਅੱਜ ਵੀ ਅਸੀਂ ਇੱਕ ਹੋਰ ਟੌਪਿਕ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਏ ਹਾਂ ਲੇਕਿਨ ਸਾਡੇ ਪ੍ਰੋਗਰਾਮ ਦਾ ਨਾਮ ਹੈ ਸਖੀ ਸਹੇਲੀ ਔਰ ਸਖੀ ਸਹੇਲੀ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਟੌਪਿਕ ਅਸੀਂ ਡਿਸਕਸ ਕਰਦੇ ਰਹਿੰਦੇ ਹਾਂ ਔਰ ਅੱਜ ਦਾ ਪ੍ਰੋਗਰਾਮ ਮੈਂ ਔਰ ਮੇਰੀ ਸਹੇਲੀ ਅਸੀਂ ਮਿਲ ਕੇ ਕਰਾਂਗੇ ਕਿਉਂਕਿ ਪ੍ਰੀਤ ਮੈਂ ਪ੍ਰੀਤ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡਾ ਸਾਰਿਆਂ ਦਾ ਸਤ ਸਲੁਟ ਟੀਵੀ ਤੇ ਸਵਾਗਤ ਹੈ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਸੀ ਐਵਰੀ ਟਾਈਮ ਐਵਰੀ ਮੰਡੇ ਆਨੇ ਆ ਤੇ ਅੱਜ ਵੀ ਅਸੀਂ ਇੱਕ ਟੌਪਿਕ ਲੈ ਕੇ ਆਏ ਆ ਜਿੰਨਾ ਦਾ ਓਪਨਿੰਗ ਕਰਨਗੇ ਸਾਡੇ ਅਨੂਜੀ ਅੱਜ ਓਕੇ ਚਲੋ ਅੱਜ ਕਿਹੜੇ ਟੌਪਿਕ ਤੇ ਅੱਜ ਗੱਲ ਕਰਨੇ ਆ ਜੀ ਅੱਜ ਜੀ ਅੱਜ ਦੇ ਟੌਪਿਕ ਤੇ ਅਸੀਂ ਬਾਦੀ ਚਾਹੁੰਦੇ ਆ ਲੇਕਿਨ ਪਹਿਲੇ ਅਸੀਂ ਜਿਹੜੇ ਲਾਸਟ ਟੌਪਿਕ ਅਸੀਂ ਡਿਸਕਸ ਕੀਤੇ ਸੀਗੇ ਉਹ ਸੀਗਾ ਸਾਡਾ ਓਨਰ ਕਿਲਿੰਗ ਤੇ ਹਣਾ ਬਿਲਕੁਲ ਬਿਲਕੁਲ ਅੱਛਾ ਓਨਰ ਕਿਲਿੰਗ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਮਹਿਮਾਨ ਵੀ ਆਏ ਸੀ ਅਸੀਂ ਖੁਦ ਵੀ ਗੱਲ ਕੀਤੀ ਸੀ ਸਾਡੇ ਕਾਲਰਸ ਵੀ ਆਏ ਸੀ ਕਿ ਓਨਰ ਕਿਲਿੰਗ ਜਿਹੜੀਆਂ ਨੇ ਸਾਡੇ معاشਰੇ ਦੇ ਵਿੱਚ ਬੜੀ ਇੱਕ ਕਹਿ ਲਓ ਬੜੀ ਵੱਡੀ ਬੁਰਾਈ ਹੈ ਜਿਹੜੀ ਹਣਾ ਲੋਕ ਆਪਣੀ ਇੱਜ਼ਤ ਨੂੰ ਬਚਾਉਣ ਵਾਸਤੇ ਕਿਸ ਤਰ੍ਹਾਂ ਫੀਲਿੰਗਸ ਵੀ ਕਰ ਦਿੰਦੇ ਨੇ ਠੀਕ ਹੈ ਸੋ ਉਸੇ ਦੇ ਨਾਲ ریلیਟਡ ਹੈ ਸਾਡਾ ਅੱਜ ਦਾ ਵੀ ਪ੍ਰੋਗਰਾਮ ਪ੍ਰੇਤ ਲੇਕਿਨ ਉਸ ਤੋਂ ਵੀ ਪਹਿਲੇ ਲਾਸਟ ਵੀਕ ਵੈਲੈਂਟਾਈਨ ਡੇ ਵੀ ਸੇ ਮਨਾ ਰਹੇ ਸੀ ਦੇ ਸੇ ਮਨਾ ਰਹੇ ਸੀ ਕਿਉਂਕਿ ਅਸੀਂ ਆਪਣੇ ਸਾਥ ਹਾਲ ਟੀਵੀ ਦੇ ਉਤੇ ਸਾਡੇ ਜਿਸ ਤਰ੍ਹਾਂ ਜਿਸ ਤਰ੍ਹਾਂ ਤਿਹਾਰ ਵੀ ਆਉਂਦੇ ਨੇ ਅਸੀਂ ਉਹ ਵੀ ਮਨਾਉਂਦੇ ਆ ਲੇਕਿਨ ਅਸੀਂ ਸੀਰੀਅਸ ਜਿਹੜੇ ਟੋਪਿਕ ਹੁੰਦੇ ਨੇ ਉਹਨਾਂ ਨੂੰ ਵੀ ਡਿਸਕਸ ਕਰਦੇ ਹਾਂ ਔਰ ਸਮ ਟਾਈਮ ਅਸੀਂ ਹਲਕੇ ਫੁਲਕੇ ਮੌਜੂ ਲੈ ਕੇ ਆਉਂਦੇ ਹਾਂ ਸਾਡਾ ਅੱਜ ਦਾ ਜਿਹੜਾ ਮੌਜੂ ਹੈ ਉਸ ਦੇ ਤੇ ਵੀ ਗੱਲ ਕਰਾਂਗੇ ਲੇਕਿਨ ਜ਼ਰਾ ਥੋੜਾ ਜਿਨਾ ਦੱਸੋ ਕਿ ਵੈਲੈਂਟਾਈਨ ਡੇ ਕਿਸ ਤਰ੍ਹਾਂ ਦਾ ਸੀਗਾ ਮੇਰਾ ਵੈਲੈਂਟਾਈਨ ਡੇ ਤਾਂ ਬੋਧ ਚਰਿਆ ਮੈਂ ਜਿਸ ਤਰੀਕੇ ਨਾਲ ਮਨਾਣੀ ਹੁੰਨੀ ਆ اچھا ਉਸੇ ਨੋਰਮਲੀ ਉਸੇ ਤਰੀਕੇ ਨਾਲ ਮਨਾਇਆ ਬਸ ਸਹੀ ਹੁੰਦਾ ਕਿ ਫੈਮਿਲੀ ਦੇ ਵਿੱਚ ਖਾ ਪੀ ਲਿਆ ਬਾਹਰ ਚਲੇ ਗਏ ਦੈਟਸ ਆਲ ਲਾਈਟ ਜਾ ਜਾਂਦਾ ਤੁਸੀਂ ਵੀ ਮੇਰੇ ਖਿਆਲ ਲਗੀ ਅੱਛਾ ਮਨਾਇਆ ਹੋਵੇਗਾ ਬਾਹਰ ਗਏ ਹੋਗੇ ਜਿੱਦਾਂ ਮੈਂ ਟੈਸਟ ਕਰ ਗਿਆ ਜਾਂ ਬਾਹਰ ਚਾਈਨੀਸ ਹੋ ਤੁਸੀਂ ਸਕਿਪ ਕਰਕੇ ਦੱਸਣਾ ਨਹੀਂ ਜਾਇਆ ਕਿ ਬਸ ਮੈਂ ਬਾਹਰ ਹੀ ਗਈ ਸੀ ਉਸਨੇ ਮੈਂ ਚਾਈਨੀਸ ਫੂਡ ਸੀ ਮੇਕੇ ਸ਼ਾਇਦ ਅਨੂ ਨਹੀਂ ਲਾਈ ਕਰੇਗੀ ਜੀ ਦੋਸਤੋ ਤੁਸੀਂ ਅੱਜ ਦੇਖ ਰਹੇ ਹੋ ਸਾਡਾ ਸਖੀ ਸਹੇਲੀ ਪ੍ਰੋਗਰਾਮ ਔਰ ਅੱਜ ਦਾ ਸਾਡਾ ਮੌਜੂ ਹੈ ਕੀ ਮੌਜੂਦਾ ਅੱਜ ਦਾ ਮੋਰੇ ਮੌਜੂ ਸੌਰੀ ਹਾਂ ਦਾ ਸਾਰਾ ਟੌਪਿਕ ਹੈ ਜੀ ਬਿਲਕੁਲ ਟੌਪਿਕ ਸੌਰੀ ਮੇਰੀ ਥੋੜੀ ਜਿਹੀ ਉਰਦੂ ਕਮ ਛੋੜ ਰਹੀ ਹਾਂ ਜੀ ਸੌਰੀ ਜੀ ਹਾਂ ਜੀ ਫੋਰਸਡ ਮੈਰਿਜਸ ਹਾਂ ਜੀ ਵੈਸੇ ਅਪਰੇਖੋ ਜਿਹੜੇ ਰਿਸ਼ਤੇ ਨੇ ਉਹ ਕਹਿੰਦੇ ਨੇ ਕਿ ਹਮੇਸ਼ਾ ਆਸਮਾਨ ਦੇ ਵਿੱਚ ਜੋੜੀਆਂ ਬਣ ਜਾਂਦੀਆਂ ਨੇ ਜੋੜੇ ਉੱਪਰੋਂ ਰੱਬ ਦੀ ਤਰਫੋਂ ਬਣ ਕੇ ਆਂਦੇ ਨੇ ਠੀਕ ਹੈ ਨਾ ਲੇਕਿਨ ਇਹ ਤਾਂ ਗੱਲ ਮੰਨੀ ਗਈ ਹੈ ਵੈਸੇ ਸਿਆਣੇ ਕਮਿਸ਼ਨ ਆਪਾਂ ਸੁਣਦੇ ਆ ਉਹਨਾਂ ਤੋਂ ਕਾਂਜੀ ਐਨੀਵੇ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਸੀਗਾ ਕਿ ਲੋਕ ਜਿਹੜੇ ਨੇ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਵਾਸਤੇ ਰਿਸ਼ਤੇ ਤੈਅ ਕਰਦੇ ਹੁੰਦੇ ਸੀਗੇ ਆ ਜਿਸਲੇ ਲੜਕੀ ਜਾਂ ਲੜਕਾ ਜਵਾਨ ਹੋ ਜਾਂਦੇ ਸੀਗੇ ਤੇ ਮਾਵਾਪਾ ਸਾਰਿਆਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਸੀ ਦੇਖੋ ਜੀ ਸਾਡੀ ਲੜਕੀ ਐਨੇ ਸਾਲਾਂ ਦੀ ਹੋ ਗਈ ਐ ਐਨੀ ਪੜੀ ਲਿਖੀ ਐ ਤੁਸੀਂ ਇਸ ਦੇ ਵਾਸਤੇ ਕੋਈ ਰਿਸ਼ਤਾ ਢੋਣ ਕੇ ਦਿਓ ਜਾਂ ਸਾਡਾ ਲੜਕਾ ਇਤਨਾ ਪੜ ਗਿਆ ਉਸ ਦੀ ਐਨੀ ਉਮਰ ਹੋ ਗਈ ਐ ਜੀ ਤੁਸੀਂ ਸਾਨੂੰ ਦੱਸੋ ਠੀਕ ਐ ਨਾ ਪਰ ਜ਼ਿਆਦਾਤਰ ਜਾਂ ਫਿਰ ਲੋਕ ਦੇਖ ਲੈਂਦੇ ਸੀ ਕਿ ਉਹਨਾਂ ਦੇ ਬੱਚੇ ਜਵਾਨ ਹੋ ਰਹੇ ਐ ਤੇ ਆਪਣੇ ਆਪ ਵੀ ਕਈ ਵਾਰੀ ਗੱਲਬਾਤ ਚੱਲ ਪੈਂਦੀ ਫੈਮਿਲੀ ਦੇ ਵਿੱਚ ਰਿਸ਼ਤਿਆਂ ਦੀ ਤਾਂ ਸੋ ਇਸ ਤਰੀਕੇ ਨਾਲ ਹੁੰਦੇ ਸੀਗੇ ਤਾਂ ਰਿਸ਼ਤੇ ਸੋ ਐਸ ਤਰ੍ਹਾਂ ਤੇ ਜਿਹੜੇ ਅਰੇਂਜ ਮੈਰिज ਹੁੰਦੀਆਂ ਨੇ ਉਹ ਬੜੀਆਂ ਕਾਮਯਾਬ ਹੋਇਆ ਕਰਦੀਆਂ ਸੀਗੀਆਂ ਪਹਿਲੇ ਜ਼ਮਾਨੇ ਤੋਂ ਚਲਦੀਆਂ ਆ ਰਹੀਆਂ ਨੇ ਹਰ ਕਲਚਰ ਦੇ ਵਿੱਚ ਹਰ ਧਰਮ ਦੇ ਵਿੱਚ ਇਹ ਅੱਛੀ ਤਰ੍ਹਾਂ ਦੇ ਨਾਲ ਚਲਦੀਆਂ ਆ ਨੇ ਮਾਪੇ ਕਰਦੇ ਸੀ ਇਹ ਮੈਰिज ਲੌਂਗ ਟਾਈਮ ਤੱਕ ਚਲਦੀਆਂ ਰਹਿੰਦੀਆਂ ਹੁੰਦੀਆਂ ਸੀਗੀਆਂ ਠੀਕ ਹੈ ਨਾ ਕਿਸੇ ਸਕਸੈਸਫੁਲ ਹੁੰਦੇ ਸੀਗੇ ਜਿਹੜੇ ਅਰੇਂਜ ਮੈਰਿਜ ਤੇ ਹੁੰਦੇ ਸੀਗੇ ਕਾਫੀ ਸਕਸੈਸਫੁਲ ਹੁੰਦੀਆਂ ਸੀਗੀਆਂ ਮੈਰਿਜਸ ਕਰਦੇ ਟਾਈਮ ਅੱਛਾ ਪ੍ਰੀਤ ਇਹ ਦੱਸੋ ਕਿ ਅਰੇਂਜ ਮੈਰਿਜ ਐਂਡ ਫੋਰਸ ਮੈਰਿਜ ਦੇ ਵਿੱਚ ਫਰਕ ਕੀ ਹੈ ਫਰਕ ਇਹ ਹੈ ਕਿ ਫੋਰਸ ਮੈਰਿਜ ਦੇ ਵਿੱਚ ਦੇਖੋ ਜਦੋਂ ਵਿਸ਼ ਦੇ ਲੜਕਾ ਜਾਂ ਲੜਕੀ ਦੇ ਵਿਸ਼ ਦੇ ਅਗੇਂਸਟ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਮੈਰਿਜ ਕਰਨ ਲਈ ਜਾਂ ਰਿਸ਼ਤਾ ਬਣਾਉਣ ਲਈ ਜਾਂ ਕਹਿ ਲੋ ਜ਼ਿੰਦਗੀ ਦਾ ਪਾਰਟਨਰ ਲਾਈਫ ਪਾਰਟਨਰ ਚੂਜ਼ ਕਰਨ ਲਈ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਉਹਨਾਂ ਦੀ ਵਿਸ਼ ਨਹੀਂ ਹੁੰਦੀ ਤਾਂ ਇਹ ਆਪਣੇ ਜਿਹੜਾ ਹੋ ਜਾਂਦਾ ਫੋਰਸ ਕੀਤਾ ਜਾਂਦਾ ਉਹਨਾਂ ਨੂੰ ਫੋਰਸਮੈਂਟ ਕਹਿ ਲੋ ਕਿ ਇਨਵੋਲਵ ਹੈਗੀ ਹੈ ਫੋਰਸਡ ਮੈਰਿਜ ਹੋ ਜਾਂਦੀ ਹੈ ਇਹ ਤੇ ਅਰੇਂਜ ਜਿਹਦੇ ਵਿੱਚ ਮਾਪੇ ਦਾ ਮਾਪੇ ਦੀ ਮਰਜ਼ੀ ਹੁੰਦੀ ਹੈ ਮਰਜ਼ੀ ਵੀ ਹੁੰਦੀ ਬੱਚੇ ਦੀ ਵੀ ਮਰਜ਼ੀ ਹੁੰਦੀ ਹੈ ਤੇ ਉਹਦੇ ਵਿੱਚ ਜਿੱਦਾਂ ਅੱਜ ਕੱਲ ਤਾਂ ਹਾਲਾਤ ਇਹ ਹੈ ਕਿ ਜਿੱਦਾਂ ਪਹਿਲੇ ਤੁਸੀਂ ਹੁਣੇ ਕਿਹਾ ਕਿ ਮਾਪੇ ਚੂਜ਼ ਕਰਦੇ ਹੁੰਦੇ ਸੀਗੇ ਰਿਸ਼ਤਾ ਤੇ ਉਸ ਤਾਂ ਬਹੁਤ ਪੁਰਾਣੇ ਟਾਈਮ ਦੇ ਵਿੱਚ ਉਸ ਤਰ੍ਹਾਂ ਉਸ ਟਾਈਮ ਦੇ ਉੱਤੇ ਤਾਂ ਸ਼ਾਇਦ ਉਹਨਾਂ ਨੂੰ ਇੱਕ ਤੁਜੇ ਨੂੰ ਦੇਖਣ ਦਾ ਵੀ ਮੌਕਾ ਮਿਲਦਾ ਨਹੀਂ ਸੀ ਪਰ ਜਿੱਦਾਂ ਹੁਣ ਹੈਗਾ ਆ ਅੱਜਕੱਲ ਦੇ ਚੋਇਸਿਸ ਬੋਥ ਹੈਗੇ ਨੇ ਜਿਹੜੇ ਪੇਰੈਂਟਸ ਹੈਗੇ ਨੇ ઓਰੇਂਜ ਮੈਰਿਜ ਹੋ ਜਾਂਦੀਆਂ ਬੱਚਿਆਂ ਵਾਸਤੇ ਅਗਰ ਅਰੇਂਜ ਵੀ ਕਰਦੇ ਨੇ ਤੇ ਤਾਂ ਵੀ ਆਪਣੇ ਬੱਚਿਆਂ ਨੂੰ ਉਹ ਇੱਕ ਚੋਇਸ ਦੇ ਦਿੰਦੇ ਆ ਕਿ ਦੇਖੋ ਜੀ ਫਲਾ ਫਲਾ ਨਾ ਲੜਕੀ ਤੁਹਾਡੇ ਵਾਸਤੇ ਦੇਖੀ ਗਈ ਆ ਇਹ ਉਹਨਾਂ ਦਾ ਨੰਬਰ ਹੈਗਾ ਜਾਂ ਸੀ ਤੁਹਾਨੂੰ ਮਿਲਾ ਦੇਣੇ ਆ ਜਾਂ ਤੁਸੀਂ ਖੁਦ ਮਿਲ ਲਵੋ ਤੁਸੀਂ ਬਾਹਰ ਆਓ ਜਾਓ ਵੀ ਥੋੜਾ ਇੱਕ ਦੂਸਰੇ ਨੂੰ ਜਾਣਨ ਦੀ ਵੀ ਬੱਚੇ ਕੋਸ਼ਿਸ਼ ਕਰ ਲੈਂਦੇ ਨੇ ਇੱਕ ਦੂਸਰੇ ਨੂੰ ਜਿਸ ਵੇਲੇ ਮਿਲਦੇ ਆ ਇੱਕ ਦੂਸਰੇ ਦੀ ਆਦਤਾਂ ਦਾ ਪਤਾ ਚੱਲਦਾ ਹੈ ਉਹਨਾਂ ਦੀ ਨੇਚਰ ਬਾਰੇ ਪਤਾ ਚੱਲਦਾ ਹੈ ਕਿਉਂਕਿ ਸਾਨੂੰ ਕੋਈ ਪੁੱਛੇਗਾ ਜੀ ਤੁਹਾਡਾ ਬੱਚਾ ਕਿੰਨਾ ਪੜਿਆ ਹੋਇਆ ਅਸੀਂ ਥੋੜਾ ਬਹੁਤ ਜ਼ਰੂਰ ਦੱਸ ਦਵਾਂਗੇ ਕਿ ਇਹ ਆਦੀ ਉਮਰ ਹੈ ਇੰਨੀ ਹਾਈਟ ਹੈ ਇੰਨਾ ਪੜਿਆ ਹੋਇਆ ਹੈ ਲੇਕਿਨ ਬੱਚਿਆਂ ਦੀ ਆਪਣੀ ਕੀ ਚੋਇਸ ਹੁੰਦੀ ਹੈ ਉਹ ਖੁਦ ਦੱਸ ਸਕਦੇ ਨੇ ਜੀ ਅਸੀਂ ਇੰਨੀ ਪੜਾਈ ਕੀਤੀ ਹੋਈ ਹੈ ਸੋ ਅੱਜ ਕੱਲ ਪੇਰੈਂਟਸ ਵੀ ਬੜੇ ਲੀਨੀਅਟ ਵੀ ਹੋ ਗਏ ਐਸ ਤਰ੍ਹਾਂ ਦੀ ਗੱਲ ਨਹੀਂ ਹੈ ਆਪਣੇ ਬੱਚਿਆਂ ਨਾਲ ਇਹ ਹੋਣਾ ਇਹ ਹੋਣਾ ਵੀ ਚਾਹੀਦਾ ਆ ਹਾਂਜੀ ਜਿਸ ਤਰੀਕੇ ਨਾਲ ਅਸੀਂ ਪਹਿਲੇ ਜਿੱਦਾਂ ਰੇਂਜ ਮੈਰਿਜਸ ਹੁੰਦੀਆਂ ਸੀ ਸਕਸੈਸ ਹੁੰਦੀਆਂ ਸੀ ਫਿਰ ਫੋਰਸਡ ਮੈਰਿਜ ਦਾ ਹੁਣ ਇਸ਼ੂ ਸਾਨੂੰ ਦੇਖਣ ਨੂੰ ਮਿਲਦਾ ਸੋਸਾਇਟੀ ਦੇ ਵਿੱਚ ਉਦੇ ਨਾਲ ਨਾਲ ਰੇਂਜ ਮੈਰਿਜ ਦਾ ਵੀ ਚੱਲ ਰਿਹਾ ਆ ਤੇ ਜਿਸ ਤਰੀਕੇ ਨਾਲ ਆਪਾਂ ਹੁਣ ਗੱਲ ਕਰ ਰਹੇ ਆ ਕਿ ਚੋਇਸ ਦੇਣੀ ਇੰਪੋਰਟੈਂਟ ਹੋ ਜਾਂਦੀ ਹੈ ਬੱਚਿਆਂ ਦੀ ਮਰਜ਼ੀ ਪੁੱਛਣੀ ਉਹਨਾਂ ਨੂੰ ਨਾਲ ਰਜ਼ਾਮੰਦੀ ਲੈਣੀ ਤੇ ਬਹੁਤ ਹੀ ਅੱਛੀ ਗੱਲ ਹੈ ਕਿ ਮਾਪੇ ਨੂੰ ਇਹ ਜ਼ਰੂਰ ਕਰਨਾ ਚਾਹੀਦਾ ਆ ਅੱਜ ਕੱਲ ਲੇਕਿਨ ਬਾਜ਼ੂਕਾ ਦੇਖਣ ਦੇ ਵਿੱਚ ਆਂਦਾ ਹੈ ਕਿ ਬਹੁਤ ਸਾਰੀ ਫੈਮਲੀਆਂ ਇਸ ਤਰ੍ਹਾਂ ਦੀਆਂ ਹੋਈ ਨੇ ਜਿਹੜੇ ਕਿ ਮਾਪੇ ਜਿਹੜੇ ਨੇ ਉਹ ਬਹੁਤ ਸਟ੍ਰਿਕਟ ਟਾਈਪ ਆ ਗਏ ਨੇ ਉਹ ਕਹਿੰਦੇ ਕਿ ਨਹੀਂ ਜੀ ਸਾਡੀ ਹੀ ਮਰਜ਼ੀ ਦੇ ਮੁਤਾਬਿਕ ਬੱਚਿਆਂ ਦੀ ਸ਼ਾਦੀ ਹੋਣੀ ਚਾਹੀਦੀ ਹੈ ਹੈਨਾ ਬਿਲਕੁਲ ਹਾਂਜੀ ਉਹ ਫਿਰ ਆਪਣੀ ਜਿਹੜੀ ਮਰਜ਼ੀ ਆ ਬੱਚਿਆਂ ਦੇ ਉੱਤੇ ਥੋਪ ਦਿੰਦੇ ਨੇ ਹਾਂ ਉੱਥੇ ਫਿਰ ਫੋਰਸ ਮੈਰਿਜ ਜਨਮ ਲੈਂਦੇ ਆ ਕਿ ਉਹ ਕੀ ਕਾਰਨ ਕੀ ਨੇ ਕਿ ਵਜ੍ਹਾਤ ਨੇ ਕੀ ਰੀਜ਼ਨ ਹੈ ਕਿ ਨੇ ਕਿਉਂ ਮਤਲਬ ਐਸਾ ਫੋਰਸ ਮੈਰਿਜਸ ਬڑے ਮਾਪੇ ਉਹ ਕਰਨ ਦੀ ਸੋਚਦੇ ਨੇ ਫੋਰਸ ਮੈਰਿਜ ਦੇ ਅਨੁਜੀ ਨਹੀਂ ਆਪਣੇ ਹੈਗੇ ਫੈਕਟਰ ਜਿਹੜੇ ਦੇਖਣ ਨੂੰ ਮਿਲਦੇ ਆ ਇਸਿਊ ਦੇ ਰੀਜ਼ਨ ਇਸਿਊ ਦੇ ਜਿਹੜੇ ਅਰਾਊਂਡ ਕਈ ਰੀਜ਼ਨ ਹੈਗੇ ਆ ਪਹਿਲੇ ਟਾਈਮ ਤੋਂ ਸੱਚ ਜਦੋਂ ਰੇਂਜ ਸੀਗੀ ਤਾਂ ਉਹ ਇਦਾਂ ਹੁੰਦਾ ਸੀ ਮਾਪੇ ਨੂੰ ਕਈ ਜਗ੍ਹਾ ਤੇ ਕਿ ਪ੍ਰਾਪਰਟੀ ਜਾਂ ਵੈਲਥ ਜਾਂ ਜਿਹੜੀ ਹੈਗੀ ਆ ਜ਼ਮੀਨਾਂ ਚਾਹਤ ਆ ਤਾਂ ਹੁੰਦੀਆਂ ਉਹ ਫੈਮਿਲੀ ਦੇ ਵਿੱਚ ਹੀ ਰਹਿਣ ਕਈ ਇਹ ਵੀ ਰੀਜ਼ਨ ਹੋ ਸਕਦਾ ਸੀਗਾ अच्छा ਤੁਹਾਡਾ ਮਤਲਬ ਹੈ ਕਿ ਉਹ ਕਹਿੰਦੇ ਸੀ ਕਿ ਅਗਰ ਆਪਣੀ ਹਾਂ ਵੀ ਫੈਮਿਲੀ ਦੇ ਵਿੱਚ ਜਾਂ ਰਿਸ਼ਤੇਦਾਰੀ ਦੇ ਵਿੱਚ ਕੋਈ ਕਰ ਦਈਏ ਤਾਂ ਆਪਣੀ ਘਰ ਦੇ ਵਿੱਚ ਹੀ ਸਾਰਾ ਕੁਝ ਰਹੇਗਾ ਜਾਨੀ ਕਿ ਬਾਹਰ ਨਹੀਂ ਜਾਏਗਾ ਫੈਮਿਲੀ ਦੇ ਵਿੱਚ ਹੀ ਅੱਗੇ ਐਕਸਟੈਂਡਡ ਫੈਮਿਲੀ ਦੇ ਵਿੱਚ ਚਲਾ ਜਾਏਗਾ ਪਲੱਸ ਇਹ ਵੀ ਰੀਜ਼ਨ ਹੈਗਾ ਕਿ ਜਿਹੜਾ ਬਚਪਨ ਤੋਂ ਕਈ ਵਾਰੀ ਪ੍ਰੋਮਿਸ ਕਰ ਲੈਂਦੇ ਹੁੰਦੇ ਸੀਗੇ ਪੇਰੈਂਟਸ ਹਾਂ ਉਹ ਕਰ ਲੈਂਦੇ ਸੀ ਜਾਂ ਬੱਚੇ ਨੂੰ ਉਸ ਟਾਈਮ ਤੇ ਯੰਗ ਹੁੰਦੇ ਸੀ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਸੀ ਤਾਂ ਉਹ ਜਿਹੜਾ ਹੈਗਾ ਆ ਉਹਨਾਂ ਨੂੰ ਪੈਰੈਂਟਸ ਜਿਹੜੇ ਹੈਗੇ ਆ ਉਹ ਆਪਸ ਵਿੱਚ ਪ੍ਰੋਮਿਸ ਕਰ ਲੈਂਦੇ ਸੀ ਤੇ ਬਾਅਦ ਦਾ ਟਾਈਮ ਵੱਡੇ ਹੋ ਜਾਂਦੇ ਬੱਚੇ ਉਹ ਸ਼ਾਇਦ ਮਨ ਚੇਂਜ ਕਰ ਲੈਂਦੇ ਉੱਥੇ ਫਿਰ ਫੋਰਸ ਮੈਰਿਜ ਅਜੰਦਾ ਇਸ਼ੂ ਹਾਂਜੀ ਤੇ ਹੋਰ ਇਦਾਂ ਦੇ ਬਹੁਤ ਸਾਰੇ ਰੀਜ਼ਨ ਹੈਗੇ ਆ ਜਾਂ ਫਿਰ ਐਂਟੀਸੋਸ਼ੀਅਲ ਬਿਹੇਵੀਅਰ ਚ ਵੀ ਕਹਿ ਲੋ ਮੰਨਿਆ ਜਾਂਦਾ ਆ ਜਿੱਦਾਂ ਕਿ ਕਹਿ ਲੋ ਕਿ ਬੱਚੇ ਆ ਜਿਹੜੇ ਆਪਣੀ ਮਨਮਰਜ਼ੀ ਕਰਨ ਲੱਗ ਜਾਂਦੇ ਆ ਜਾਂ ਆਪਣੇ ਰਿਲੀਜੀਅਨ ਕਾਸਟ ਤੋਂ ਦੂਰ ਚਲੇ ਜਾਂਦੇ ਜਿਹੜਾ ਪੇਰੈਂਟਸ ਐਕਸੈਪਟ ਨਹੀਂ ਕਰਦੇ ਉਹ ਕਿਉਂਕਿ ਉਸ ਤਰੀਕੇ ਨਾਲ ਉਹਨਾਂ ਦੀ ਉਹਨਾਂ ਦੀ ਜਿਹੜੀ ਮੈਂਟੈਲਿਟੀ ਆ ਉਹਨਾਂ ਦੀ ਥਿੰਕਿੰਗ ਹੈ ਉਹ ਡਿਫਰੈਂਟ ਆ ਦੈਨ ਜੰਗਰ ਜਨਰੇਸ਼ਨ ਹਾਂਜੀ ਕਿਉਂਕਿ ਜਿਹੜੇ ਤੇਰਾ ਇਸ਼ੂ ਆਦਾ ਜ਼ਾਹਿਰ ਆ ਉਹ ਚਾਹਣਗੇ ਕਿ ਸਾਡੇ ਜਿਹੜੇ ਸਾਡੀ ਆਪਣੇ ਮਜ਼ਹਬ ਦੇ ਵਿੱਚ ਸਾਡੀ ਆਪਣੇ ਕਲਚਰ ਦੇ ਵਿੱਚ ਸਾਡੀ ਆਪਣੇ ਬਹੁਤ بڑا ਰੀਜ਼ਨ ਹੈ ਅੱਜ ਅੱਜ ਡੇਲੀ ਲਾਈਫ ਦੇ ਵਿੱਚ ਮਿਲਦਾ ਆ ਇਹ ਤਾਂ ਬਹੁਤ ਜਦਾ ਕਾਮਨ ਹੈਗਾ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਆ ਐਰਿਸ਼ਨ ਲੇਕਿਨ ਜਿਹੜੇ ਬੱਚੇ ਇੱਥੇ ਦੇ ਬ੍ਰੋਟ ਅਪ ਹੈਗੇ ਨੇ ਆ ਜਿਹੜੇ ਬੋਨ ਐਂਡ ਬ੍ਰੋਟ ਅਪ ਉਹਨਾਂ ਦੇ ਨਜ਼ਰ ਦੇ ਵਿੱਚ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਉਹ ਕਹਿੰਦੇ ਨੇ ਪਾਰਟਨਰ ਸਾਡੇ ਲੈਵਲ ਦਾ ਹੋਣਾ ਚਾਹੀਦਾ ਡਸਨਟ ਮੈਟਰ ਹੋ ਕਿਸੇ ਵੀ ਕਾਸਟ ਦਾ ਹੋਵੇ ਕਿਸੇ ਵੀ ਨਸਲ ਦਾ ਹੋਵੇ ਕਿਸੇ ਵੀ ਕਲਰ ਦਾ ਹੋਵੇ ਹੈਨਾ ਸੋ ਇੱਥੇ ਜੜੇ ਨੇ ਨਾ ਕਿਉਂਕਿ ਉਹ ਦੇਖੋ ਬੱਚੇ ਐ ਬ੍ਰੋਟ ਅਪ ਇਦਾਂ ਦੇ এনवायरमेंट ਹੋਏ ਵਿੱਚ ਹੋਏ ਆ ਇੱਕ ਤਾਂ ਉਹ ਜਿਹੜੇ ਸਕੂਲ ਹੈਗੇ ਆ ਉੱਥੇ ਮਲਟੀਕਲਚਰਲ ਬੱਚੇ ਹੈਗੇ ਆ ਉਹਨਾਂ ਦੀ ਜਿਹੜੀ ਸੋਚ ਨਹੀਂ ਆ ਕੰਪਲੀਟ ਡਿਫਰੈਂਟ ਹਾਂਜੀ ਆਫ ਦੇ ਪੇਰੈਂਟਸ ਨਾਲੋਂ ਤੇ ਜੋ ਉਹਨਾਂ ਨੂੰ ਜਿੱਦਾਂ ਹੈਗਾ ਆ ਕਈ ਤਰ੍ਹਾਂ ਦੇ ਮਤਲਬ ਕਿ ਉਹ ਵੈਰਾਈਟੀ ਆਫ ਪੀਪਲ ਦੇ ਵਿੱਚ ਪਲਦੇ ਆ ਸੋ ਮੇਰਾ ਖਿਆਲ ਆ ਨੂੰ ਸਾਡੀ ਇਹ ਟੋਪਿਕ ਚੱਲਦਾ ਰਹੇਗਾ ਸਾਡਾ ਅੱਗੇ ਕਰਦੇ ਹਾਂ ਪਰ ਥੋੜਾ ਜਿਹਾ ਬ੍ਰੇਕ ਦਾ ਟਾਈਮ ਵੀ ਹੋ ਗਿਆ ਥੋੜਾ ਬ੍ਰੇਕ ਲਈਏ ਓਕੇ ਜੀ ਨਾਜ਼ਰਨ ਹੋਣਾ ਸੀ ਬ੍ਰੇਕ ਦੇ ਉੱਤੇ ਚੱਲੇ ਆਂ ਔਰ ਬ੍ਰੇਕ ਤੋਂ ਬਾਅਦ ਇਹੀ ਟੋਪਿਕ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਔਰ ਅੱਜ ਦਾ ਇਹ ہم ਆਪਕੋ ਬੋਤਾਤੇ ਚੱਲੇ ਹਾਂ ہمارا ਅੱਜ ਦਾ ਮੌਜੂ ਹੈ ਫੋਰਸ ਮੈਰिजਸ